ਵੰਡਣ ਦਾ ਕੋਸ਼ਿਸ਼ ਕਰਦੇ ਰਹੇ ਆ। ਅੱਜ ਉਹਨਾਂ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੀ ਸਤਿਗੁਰ ਨਦਰ ਕਰੇ ਤੇ ਉਹਦੀ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੇ ਸ਼ੁਕਰਾਨਾ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਭੇਜਿਆ, ਉਹ ਮੈਂਬਰ ਲੋਕ ਸਭਾ ਬਣ ਗਏ ਆ। ਤੇ ਸਰਬਜੀਤ ਸਿੰਘ ਫਰੀਦਕੋਟ ਤੋਂ, ਉਹ ਜਿਨ੍ਹਾਂ ਨੇ ਡਿੱਗੀ ਹੋਈ ਪੱਗ ਸਿਰ 'ਤੇ ਰੱਖੀ ਆ ਸਿੱਖ ਕੌਮ ਦੀ, ਉਹ ਵੀ ਮੈਂਬਰ ਪਾਰਲੀਮੈਂਟ ਹੈ। ਮੈਂ ਕਹਿਣਾ ਕਿ ਜੀਰੇ ਵਾਲਿਓ ਅਤੇ ਖਡੂਰ ਸਾਹਿਬ ਵਾਲਿਓ, ਫਰੀਦਕੋਟ ਵਾਲਿਓ ਅਤੇ ਸਾਰੇ ਨੌ ਹਲਕਾ ਦੇ ਇਤਿਹਾਸ ਸਿਰਜਦਾ, ਤੁਹਾਡਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਲਿਖਿਆ ਗਿਆ। ਅਤੇ ਬਾਕੀ ਜਿਹੜੇ ਪੰਨੇ ਆ ਉਹ ਜਿਹੜੇ ਸੱਤ ਕਾਂਗਰਸ ਦੇ ਅਤੇ ਤਿੰਨ ਆਪ ਦੇ ਅਤੇ ਦੂਜੇ ਚੰਡੀਗੜ੍ਹ ਤੋਂ ਵੀ ਕਾਂਗਰਸ ਦਾ ਅਤੇ ਉੱਧਰ ਬਠਿੰਡੇ ਤੋਂ ਜਿਤਾ ਤੇ ਆ, ਇਹ ਇਤਿਹਾਸ ਸੁਨਹਿਰੀ ਪੰਨਿਆਂ 'ਚ ਨਹੀਂ ਲਿਖਿਆ ਗਿਆ। ਇਹ ਇਤਿਹਾਸ ਕਲੰਕਿਤ ਹੋ ਗਿਆ ਹੈ ਕਿ ਬਹੁਮਤ ਉਹਨਾਂ ਨੇ ਹੈ ਜਿਨ੍ਹਾਂ ਨੇ ਸਾਡਾ ਬਹੁਤ ਵੱਡਾ ਕੌਮ ਦਾ ਨੁਕਸਾਨ ਕੀਤਾ। ਪਰ ਫਿਰ ਵੀ ਮੈਂ ਇੰਡੀਅਨ ਸਟੇਟ ਨੂੰ ਕਹਿਣਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਰਿਹਾ ਕੀਤਾ ਜਾਵੇ, ਉਹ ਸਹੁੰ ਚੁੱਕੇ ਆਪਣੇ ਇਲਾਕੇ ਦੀ ਗੱਲ ਕਰੇ, ਆਪਣੀ ਕੌਮ ਦੀ ਗੱਲ ਕਰੇ, ਹਿੰਦੂਆਂ ਮੁਸਲਮਾਨਾਂ ਇਸਾਈਆਂ ਸਾਰਿਆਂ ਦੀ ਪਾਰਲੀਮੈਂਟ ਦੀ ਗੱਲ ਕਰੇ। ਸਰਬਜੀਤ ਸਿੰਘ ਉਹ ਜਾਣ ਗਈ ਅਤੇ ਫਿਰ ਇੰਜੀਨੀਅਰ ਰਸ਼ੀਦ ਜੋ ਸਾਡਾ ਮਿੱਤਰ ਹੈ ਉਹ ਜਿਹੜਾ ਕਸ਼ਮੀਰ ਦਾ MP ਬਣਿਆ, ਉਹ ਵੀ ਜੇਲ੍ਹ 'ਚੋਂ, ਉਹਨੂੰ ਵੀ ਤੁਰੰਤ ਰਿਹਾ ਕਰਨਾ ਚਾਹੀਦਾ ਕਿਉਂਕਿ ਆਰਟੀਕਲ 14-19 ਦੇ ਮੁਤਾਬਕ ਅਸੀਂ ਬਰਾਬਰ ਹੈ, ਫਰੀਡਮ ਆਫ ਸਪੀਚ ਆ, ਫਰੀਡਮ ਆਫ ਐਕਸਪ੍ਰੈਸ਼ਨ ਹੈ। ਅਤੇ ਜਦੋਂ ਇਹ ਸਾਰਾ ਕੁਛ ਫਰੀਡਮ ਹੈ ਅਤੇ ਫਿਰ ਜੇ ਅੰਮ੍ਰਿਤਪਾਲ ਨੇ ਜੇ ਅਣਖ ਲਈ ਬੋਲਿਆ, ਗੈਰਤ ਲਈ ਬੋਲਿਆ, ਉਹਦੇ 'ਤੇ ਕੋਈ ਜੁਰਮ ਨਹੀਂ ਬਣਦਾ, ਨਾ ਉਹਦੇ ਕੋਲ ਬੰਬ, ਨਾ ਤੋਫ, ਕੁਛ ਨਹੀਂ ਫੜਿਆ ਗਾ ਉਹਦੇ ਕੋਲ, 5 ਕਾਰ ਖੜੇ ਗਏ ਸਾਰੇ ਸਿੱਖਾਂ ਕੋਲ ਹੋਣੇ ਚਾਹੀਦਾ, ਨਾ ਕਿਸੇ ਹਿੰਦੂ ਨਾ ਮੁਸਲਮਾਨ ਨੂੰ ਕਿਸੇ ਨੇ ਤੰਗ ਉਹਨੇ ਕੀਤਾ ਹੀ ਨਹੀਂਗਾ। ਇਸ ਕਰਕੇ ਹੁਣ ਤਾਂ ਇਹ ਵੀ ਸਾਬਤ ਹੋ ਗਿਆ ਜਮਹੂਰੀਅਤ ਦੇ ਵਿੱਚ ਉਹਨੂੰ ਹਿੰਦੂ ਮੁਸਲਮਾਨਾਂ ਸਾਰਿਆਂ ਨੇ ਵੋਟਾਂ 1,97,000 ਵੋਟਾਂ ਪਾ ਕੇ ਪਹਿਲੇ ਨੰਬਰ 'ਤੇ ਲੈ ਕੇ ਆਉਂਦਾ ਅਤੇ ਇਹ ਇੰਡੀਅਨ ਸਟੇਟ ਦੀ ਜਿਹੜੀ ਜਮਹੂਰੀਅਤ ਦਾ ਉਹਦਾ ਜਨਾਜ਼ਾ ਨਿਕਲ ਗਿਆ। ਦੂਜੇ ਪਾਸੇ ਜਿਹੜੀ ਕੰਗਣਾ ਰਣੌਤ ਹੈ ਉਸਨੇ ਬਹੁਤ ਗੈਰ ਖਲਾਕੀ ਗੱਲ ਕੀਤਾ ਸੀ, ਪਹਿਲਾਂ ਮੈਨੂੰ ਮੋਦੀ ਸਰਕਾਰ ਜਵਾਬ ਦੇਵੇ, BJP ਦੀ ਜਿਹੜੀ ਟਿਕਟ ਵੰਡਣ ਦੀ ਕਮੇਟੀ ਮੈਨੂੰ ਜਵਾਬ ਦੇਵੇ ਵੀ ਕੰਗਣਾ ਰਣੌਤ ਨੂੰ ਟਿਕਟ ਦਿੱਤੀ ਕਿਉਂ, ਕੀ ਇਹ ਚੀਨ ਦੇ ਬਾਰਡਰ 'ਤੇ ਕੋਈ ਇਹਨੇ ਭਾਈ ਘਲਈਏ ਦਾ ਰੋਲ ਅਦਾ ਕੀਤਾ ਸੀ, ਕੀ ਇਹਨੇ ਪਾਕਿਸਤਾਨ ਦੇ ਬਾਰਡਰ 'ਤੇ ਕੋਈ ਫਸਟ ਏਡ ਦਿੱਤੀ ਸੀ, ਸਮੇਂ ਨੇ ਲਚਰਤਾ ਫਲਾਈ ਸੀ, ਮੈਨੂੰ ਇਹ ਦੱਸੋ ਵੀ ਇਹਨਾਂ ਨੇ ਅੱਜ ਤੱਕ ਕਿਹੜੀ ਕੁਰਬਾਨੀਆਂ ਦਾ ਕੰਮ ਕੀਤਾ। ਇਹ ਇੱਕ ਕੁਰਬਾਨੀ ਕੀਤੀ ਹੈ, ਇਹ ਮੋਦੀ ਦੇ ਅਤੇ ਸਾਰਿਆਂ ਦੇ ਕਹੇ 'ਤੇ ਇਹ ਕਿਸਾਨਾਂ ਦੇ ਵਿਰੁੱਧ ਬੋਲੀ ਹੈ ਅਤੇ ਇਹ ਕਹਿੰਦੀ ਰਹੀ ਹੈ, ਸਾਡੇ ਢਾਡੀ ਰਾਗੀ ਸਾਰੇ ਜਿੱਥੇ ਵੀ ਉੱਥੇ ਸੀ, ਸਾਡੀਆਂ ਮਾਵਾਂ ਧੀਆਂ ਭੈਣਾਂ ਉਹਨਾਂ ਨੂੰ ਇਹ ਕਹਿੰਦੀ ਰਹੀ ਹੈ ਕਿ 100-100 ਰੁਪਈਏ ਦੇ ਦਿਹਾੜੀ 'ਤੇ ਲਿਆਂਦੀਆਂ ਹੋਈਆਂ ਬੀਬੀਆਂ, ਸਾਡੀਆਂ ਮਾਮਿਆਂ ਨੂੰ ਦਿਹਾੜੀ ਦਾ ਲਾਉਂਦੀ ਸੀ, ਉਦੋਂ ਬੜਾ ਵਿਰੋਧ ਹੋਇਆ। ਅਤੇ ਮੈਂ ਵੀ ਜਦੋਂ ਪਾਰਲੀਮੈਂਟ ਨੂੰ ਅਸੀਂ ਜਾਂਦੇ ਸੀ ਦਿੱਲੀ ਨੂੰ, ਅਸੀਂ ਜਦੋਂ ਪਹਿਲਾਂ ਟ੍ਰੈਕ ਲੈ ਕੇ ਪਹੁੰਚ ਗਏ ਬਰਾੜੀਗਰ, ਉੱਥੇ ਵੀ ਇਹਨੇ ਕਿਹਾ ਟਵੀਟ ਕਰਕੇ ਜਸਕਰਨ ਸਿੰਘ ਦਾ ਗੱਲ ਵੱਟ ਦੇਣਾ ਚਾਹੀਦਾ, ਉਹਦੇ 'ਤੇ 300-700 ਦਾ ਪਰਚਾ ਹੋਣਾ ਚਾਹੀਦਾ ਸੀ, ਸਾਡੀਆਂ ਬੀਬੀਆਂ ਦੇ ਵਿਰੁੱਧ ਜਦੋਂ ਬੋਲਣਾ ਬੋਲੀ ਹੈ ਉਦੋਂ ਵੀ ਇਹਦੇ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਸ਼ਹਿ ਦਿੱਤੀ। ਇਸ ਕਰਕੇ ਮੋਦੀ ਨੇ ਸਭ ਤੋਂ ਪਹਿਲਾਂ ਕਿਸਾਨ ਵਿਰੋਧੀ ਚਿਹਰਾ